ਆ ਪਤਾ ਨਹੀਂ ਕਿਹੜਾ ਕਵਾੜ ਲਾ ਗਿਆ ਈ ਓ, ਇਹਨੇ ਵੀ ਐਵੇਂ ਥਾਂ ਹੀ ਰੋਕਿਆ, ਨਾ ਕੋਈ ਲੈਣ ਆਉਂਦਾ ਇਹਨੂੰ। ਗੱਲ ਸੁਣ ਲੈ ਮੇਰੀ, ਇਹਨੂੰ ਤਿਆਰ ਕਰ ਦੇ ਤੇ ਆ ਸ਼ੀਲਡ ਹੀ ਇਹਦੀ ਫਿੱਟ ਕਰਦੀ, ਉਹਨੇ ਲੈਣ ਆਉਣਾ ਹੀ ਅੱਜ। ਸ਼ੀਲਡ ਕਿੱਥੇ ਰੱਖੀ ਆ? ਸ਼ੀਲਡ ਅੰਦਰ ਪਈ ਫੱਟੇ ਤੇ। ਅੱਛਾ ਤੇ ਆਪ ਕਿੱਥੇ ਚੱਲਿਆ? ਉਹ ਮੈਂ ਨਵੇਂ ਪਿੰਡ ਚੱਲਿਆ ਜਰਾ। ਕਿਉਂ ਨਵੇਂ ਪਿੰਡ ਹਾਥੀ ਆਇਆ? ਹਾਥੀ ਨਹੀਂ ਆਇਆ, ਉੱਥੇ ਫੋਨ ਆਇਆ ਉਹ ਗੱਡੀ ਖਰਾਬ ਹੋਈ ਕਹਿਦੀ ਵੇਖਾਂ ਵਾ ਮੈਂ। ਤੇ ਤੈਨੂੰ ਦੱਸ ਅਜੇ ਤੱਕ ਸਕੂਟਰ ਠੀਕ ਕਰਨਾ ਨਹੀਂ ਆਇਆ, ਤੈਨੂੰ ਗੱਡੀ ਠੀਕ ਕਰਨ ਨੂੰ ਕਿੰਨੇ ਸੱਦ ਲਿਆ? ਅਖਬਾਰ ਨਾ ਕਰ, ਉਹ ਬੰਦਾ ਵਾਕਫ ਆ, ਉਹਨੇ ਫੋਨ ਕੀਤਾ ਤੇ ਮੈਂ ਵੇਖਾਂ ਵਾ ਮੜੀ। ਤਿਆਰ ਤਾਂ ਤੂੰ ਐ ਹੋ ਕੇ ਚੱਲਿਆ ਜਿੱਦਾਂ ਠਾਕੇ ਦਾ ਚੱਲਿਆ ਹੁੰਦਾ। ਆ ਯਾਰ ਤੂੰ ਵੀ ਖਾ ਲਾ ਰਸਗੁੱਲਾ ਜਿਹੜਾ ਠਾਕੇ ਜੋ ਖਾਣਾ। ਆ ਜਿਹੜਾ ਤਿੰਨ ਮੋਟਰਸਾਈਕਲ ਖੋਲ ਕੇ ਚੱਲ ਚੱਲਿਆ ਇਹ ਖਲਾਰਾ ਕਿੰਨੇ ਸਾਹਮਣਾ? ਉਹ ਆ ਜਾਣਾ, ਮੈਂ ਘੰਟਾ ਕੀ ਲੱਗਣਾ ਵਾ, ਜ਼ਿਆਦਾ ਟਾਈਮ ਨਹੀਂ ਲੱਗਣਾ। ਤੇ ਤੂੰ ਨਾਲੇ ਦੁਕਾਨ ਦਾ ਧਿਆਨ ਰੱਖੀਂ ਨਾ, ਮੈਂ ਪੰਮੇ ਦੀ ਬੀਬੀ ਕੋਲ ਜਾ ਕੇ ਤੇ ਬ੍ਰੈਡ ਖਾਂਦਾ ਰਵੇਂ। ਗੱਲਾਂ ਦਾ ਸਾਰਾ ਤੂੰ, ਹੁਣ ਚੱਲਿਆ ਬ੍ਰੈਡ ਮੈਂ ਕਰਨਾ ਖਾਣੇ। ਅੱਗ ਲਾ ਇਹਨੂੰ, ਪੱਛੀ ਲਾ ਬੜਾ, ਜਿੰਨੇ ਦਾ 400-500 ਮਿਲਦਾ ਵੱਟ ਕੇ, ਬੜਾ ਮਾਣ ਇਹਦਾ। ਜਿੱਦਾਂ ਘਰੋਂ ਨਿਕਲ ਲੱਗਾ ਤੂੰ ਅੜੀਆਂ ਕਰਦਾ, ਉਦਾਂ ਇਹ ਵੀ ਅੜੀਆਂ ਕਰਨ ਡਿਆ ਹੋਣਗੇ। ਲਾ ਅੱਗੇ ਨੂੰ ਕਿਹੇ ਵਿਖਾਉਣਾ, ਕਿਤੇ ਵਿਖਾ ਇਹਨੂੰ, ਲਾ ਧੱਕਾ। ਉਹ ਮਾਸਾ ਜ਼ੋਰ ਦੀ ਲਾਣਾ ਹਾਂ ਧੱਕਾ, ਕੀ ਗੱਲ ਆ? ਤੂੰ ਵੀ ਉਤਰ ਕੇ ਚੱਲ ਜਾਂਦੇ ਤੇਰੀਆਂ ਲੱਤਾਂ ਨੂੰ ਬੁੱਲਾ ਪਿਆ। ਉਹ ਵੀਰ ਇੱਥੇ ਕੋਈ ਮਕੈਨਿਕ ਨਹੀਂ ਹੈਗਾ? ਸਕੂਟਰ ਖਰਾਬ ਹੋ ਗਿਆ ਸੀ। ਮਕੈਨਿਕ ਤਾਂ ਵੀਰ ਹੈਗਾ, ਦੋ ਕੁ ਦੁਕਾਨਾਂ ਛੱਡ ਕੇ ਤੇ, ਪਰ ਪਾਪਾ ਆਪ ਤੇ ਅੱਜ ਹੋਣਾ ਨੀ, ਉਹਦਾ ਮੁੰਡਾ ਬੈਠਾ ਹੋਣਾ ਉਸੇ ਕਚਵਲ ਜਾ। ਆਹੋ ਸ਼ੀਲਡ ਆ, ਚੱਲ ਇਹਦਾ ਤੇ ਕੰਮ ਨਿਬੇੜਾ, ਇਹਨੂੰ ਤੇ ਲਾਵਾਂ। ਆ ਵੇਖੀ ਵੀਰ ਇਹਨੂੰ ਯਾਰ ਸਟਾਰਟ ਨਹੀਂ ਹੋਣ ਡਿਆ। ਇਹ ਭਾ ਵੇਖਿਆ ਸਟਾਰਟ ਹੋ ਜਾਊਗਾ, ਅੱਗੇ ਲਿਆ ਚੈੱਕ ਕਰਨਾ ਪੈਣਾ ਆ। ਚੈੱਕ ਕਰਨ ਨੂੰ ਇਹਦਾ ਬੀਪੀ ਕਿਹੜਿਆ ਵਾ? ਉਹ ਇਹਨੂੰ ਖੋਲ ਕੇ ਚੈੱਕ ਕਰਨਾ ਪੈਣਾ ਆ। ਇਹਨੂੰ ਕੀ ਗੱਲ ਹੋਈ ਆ? ਉਹ ਭਰਾ ਜੇ ਗੱਲ ਦਾ ਪਤਾ ਹੁੰਦਾ ਤੇ ਤੇਰੇ ਕੋਲ ਲੈ ਕੇ ਆਉਂਦੇ। ਨਹੀਂ ਫੇਰ ਵੀ ਕਿੰਨਾ ਕੁ ਚਿਰ ਹੋਇਆ ਬੰਦ ਹੋਇਆ ਨੂੰ? ਉੱਥੇ ਆਉਂਦੇ ਆਉਂਦੇ ਬੰਦ ਹੋ ਗਿਆ, ਸਟਾਰਟ ਹੀ ਨਹੀਂ ਹੋਇਆ ਬਾਅਦ ਚ। ਅੱਛਾ ਇਹਨੂੰ ਲੰਮੇ ਪਾਓ। ਲੰਮੇ ਪਾ ਕੇ ਦੀਆਂ ਤਲੀਆਂ ਝਸਣੀਆਂ ਵਾ। ਉਹ ਭਰਾਵਾ ਕੰਮ ਹੀ ਇਹਦਾ ਲੰਮੇ ਪਾ ਕੇ ਹੁੰਦਾ, ਲੰਮੇ ਪਾ ਉਹਨੂੰ। ਬਹੁ ਬਾਈ 2 ਮਿੰਟ ਮੈਂ ਸਮਾਨ ਲੈ ਮੰਦਰ। ਉਹ ਬੁਰਸ ਭਰਾ ਕਿੱਧਰ ਲਾਇਆ, ਉਹਨੂੰ ਕਲੀ ਕਰਨੀ ਆ? ਉਹ ਭਰਾਵਾ ਅੰਦਰੋਂ ਘੱਟਾ ਮਿੱਟੀ ਸਾਫ਼ ਕਰਨ ਨੂੰ ਲਿਆਂਦਾ ਆ। ਕੰਮ ਦੇ ਵੀਰੇ ਜੋ ਜ਼ਿਆਦਾ ਹੀ ਵਧਿਆ ਵਾ, ਏਦਾਂ ਕਰ ਵੀ ਇਹਨੂੰ ਘਰ ਖੜ ਕੇ ਜਿਹੜੀ 4 ਦਿਨ ਸੇਵਾ ਹੁੰਦੀ ਉਹ ਕਰ ਇਹਦੀ, ਇਹ ਬਸ ਆਖਰੀ ਸਮਾਂ ਤੇ ਚੱਲਣ ਡਿਆ। ਉਹ ਭਰਾਵਾ ਇਹਨੂੰ ਸਹੀ ਕਰ, ਅਸੀਂ ਲੈ ਕੇ ਜਾਣਾ, ਅਸੀਂ ਗਾਂਹ ਵੀ ਪਹੁੰਚਣਾ ਵਗਦੇ। ਵੀਰ ਫਿਰ ਇਹਨੂੰ 15 ਦਿਨ ਲੱਗਣੇ, 15 ਦਿਨ ਇਹਨੂੰ ਛੱਡ ਜਾਓ ਇੱਥੇ। ਉਹ ਜੇ ਅਸੀਂ ਇਹਨੂੰ ਇੱਥੇ ਛੱਡ ਗਏ ਤੇ ਗਾੜੀ ਅਸੀਂ ਪੈਰਾ ਸੁੱਟ ਦੇ ਜਾਣਾ ਵਾ। ਆ ਵੀਰ ਬਣਾਉਣ ਲੱਗਿਆ ਤੇ ਇਹਨੂੰ ਘੰਟਾ ਕੀ ਲੱਗਣਾ, ਪਰ ਇਹਦਾ ਸਮਾਨ ਲੱਭਦੇ 15 ਦਿਨ ਲੰਘ ਜਾਣੇ, ਨਾਲੇ ਜਿੱਡਾ ਪੁਰਾਣਾ ਇਹ ਮਾਡਲ ਆ ਤੇ ਬਾਕੀ ਸਮਾਨ ਵੀ ਇਹਦਾ ਜਹਾਜ਼ ਗੜੋ ਹੀ ਮਿਲਣਾ। ਤੂੰ ਇੱਕ ਵਾਰ ਮਾੜਾ ਚੰਗਾ ਠੀਕ ਕਰਦੇ ਯਾਰ, ਵੇਚਣਾ ਵੇਖੀ ਨਾਲੇ ਕੋਈ ਗਾਹਕ ਹੋਊਗਾ, ਦੱਸੀ ਵੇਚਣਾ ਆਪਾਂ। ਉਹ ਗਾਹਕ ਇੱਥੇ ਅੱਗੇ ਜਾ ਕੇ ਕੋਈ ਕਵਾੜ ਗਿਆ ਵੇਖ। ਉਹ ਪਾ ਕਿਹੋ ਜਿਹੀਆਂ ਗੱਲਾਂ ਕਰਦਾ ਵਾ, ਦਾਦਾ ਅੱਡਾ ਆਖਰੀ ਨਿਸ਼ਾਨੀ ਦੇ ਗਿਆ ਸਾਨੂੰ। ਉਹ ਆਖਰੀ ਨਿਸ਼ਾਨੀ ਨਹੀਂ ਆ, ਤੁਹਾਡੇ ਗੱਲ ਸਿਆਪਾ ਪਾ ਕੇ ਗਿਆ ਆ। ਤੇਰੇ ਕੋਲ ਨੀ ਕੋਈ ਹੈਗਾ ਸੈਕਿੰਡ ਹੈਂਡ ਮੋਟਰਸਾਈਕਲ? ਉਹ ਲੱਗਾ ਪਿੱਛੇ ਪਲਟੀਨਾ ਵੇਖ ਲਾ। ਆ ਪਲਸਰ ਕਿਨੇ ਦਾ ਵਾ? ਇਹ ਤੋਂ ਹੱਥ ਚੁੱਕ ਹੀ ਲਾ ਤੂੰ। ਕਿਉਂ ਕੀ ਗੱਲ, ਇਹ ਕਰੰਟ ਮਾਰਦਾ ਵਾ? ਨਹੀਂ ਜਿੰਨਾ ਇਹਦਾ ਰੇਟ ਆ ਤੈਨੂੰ ਸੁਣ ਕੇ ਝਟਕਾ ਲੱਗ ਜਾਣਾ। ਇਹਨੂੰ ਵੀ ਸਿੱਧਾ ਕਰ ਲਓ, ਕਿਤੇ ਇਹਦੀ ਨਾ ਮੱਖੀ ਚੜ ਜੇ।
ਚਲਾ ਵੀਰ ਵੇਖ ਕੇ ਦੱਸ ਕਿਹੜਾ ਕਿਹੜਾ ਨੁਕਸ ਆ, ਬਾਅਦ ਚ ਖਰਚੇ ਦਾ ਹਿਸਾਬ ਤਾਂ ਵੀ ਲਾਉਣਾ ਵਾ। ਨੁਕਸ ਦੱਸ ਦਿੰਦੇ ਵੀਰ। ਹਥੌੜੀ ਕਰਨ ਨੂੰ ਰੱਖੀ ਆ, ਜਿਹੜਾ ਬੋਲਦੇ ਸਵਾਲ ਜਵਾਬ ਜੇ ਕਰਦਾ ਉਹਦੇ ਗਿੱਟਿਆਂ 'ਚ ਮਾਰੀਦੀ ਆ। ਦੱਸ ਫਿਰ ਟੋਟਲ ਖਰਚਾ ਕਿੰਨਾ ਕਰ ਜੂ ਇੱਥੇ? ਟੋਟਲ ਰੰਗ ਰੁੰਗ ਵੀ ਕਰਨਾ? ਰੰਗ ਰੁੰਗ ਵੀ ਹੋਣੀ ਵਾਲਾ ਵਾ ਕੇ ਨਾਲ ਲੱਗਦਾ ਰੰਗ ਵੀ ਕਰਦੇ। ਰੰਗ 6000 ਰੁਪਇਆ ਖਰਚਾ ਆਉਣਾ। 6000 ਰੁਪਇਆ? 4000 ਰੁਪਏ ਦਾ ਤਾਂ ਦਾਦੇ ਨੇ ਸਕੂਟਰ ਲਿਆ ਤੇ ਤੂੰ 6000 ਰੁਪਇਆ ਕਹੀ ਆਣ ਡਿਆ? ਜੇ ਨਹੀਂ ਪੈਸੇ ਲਾਉਣ ਜੋਗੇ ਹੈਗਾ ਤਾਂ ਜਿੱਥੇ ਦਾਦੇ ਨੂੰ ਫੂਕਿਆ ਇਹਨੂੰ ਵੀ ਨਾਲ ਹੀ ਫੂਕ ਦਿੰਦੇ।